हाँ जी सत श्री अकाल, स्वागत है थोड़े अपने हरमन प्यारे प्रोग्राम कुत्ते खाने दे विच। सो बिना टाइम खराब किए वधे अपनी वीडियो वाल, पर पहला वीडियो बदन तो पहला दस दवा कि कन्ना टूटिया ला लो। सो साढ़े पहले जो मेहमान आ रहे थोड़े जे लुच्चे किस्म के है, तो गालों का प्रयोग हो सकता है। नाले वीडियो लाइक यार करया करो, तुसे लाइक नहीं करदे वीडियो बहुत माड़ी गल है तुहाडी यार। ਆਪਣੀ ਜੱਤ ਕਰ ਲਓ, ਇਹ ਕਰ ਲਓ, ਇਹਨੇ ਗੰਦ ਪਾਇਆ ਉਹ ਫਲਾਣੇ ਤੇ। ਪਹਿਲੀ ਗੱਲ ਤਾਂ ਜਿਹੜੇ ਕੁੱਤੇ ਮੈਨੂੰ ਤੁਸੀਂ ਦੇਖ ਰਹੇ ਹੋ ਔਰ ਦੇਖਣ ਤੋਂ ਬਾਅਦ ਵੀ ਮੇਰੇ ਬਾਰੇ ਬਹੁ ਬਹੁ ਕਰ ਰਹੇ ਹੋ, ਤੁਸੀਂ ਮੈਨੂੰ ਦੇਖਣਾ ਬੰਦ ਕਰੋ। ਉਹ ਖੜ ਜਾ ਭੈਣ ਚੋ, ਤੇ ਬਿਨਾਂ ਬ੍ਰੇਕਾਂ ਤੋਂ ਦੌੜੀ ਫਿਰਦੀ ਆ। ਉਹ ਕਿੰਨੇ ਭੈਣ ਚੋ ਦਾ ਲਾਇਆ ਕਾਲਾ ਘੁੱਸਾ, ਇਹਦੀ ਪੇਮੈਂਟ ਨਹੀਂ ਕੀਤੀ ਹੋ ਜਿਹੜੀ ਇੰਨੀ ਟੱਪਦੀ ਪਈ ਹੈ। ਭੈਣ ਚੋ ਤੇ ਜਿਹੜੇ ਤੈਨੂੰ ਦੇਖਦੇ ਉਹੀ ਗਾਲਾਂ ਕੱਢਦੇ ਆ, ਹੁਣ ਜਿਹੜੇ ਤੈਨੂੰ ਵੇਖਣਗੇ ਨਹੀਂ ਉਹ ਤੈਨੂੰ ਗਾਲਾਂ ਕਿਉਂ ਕੱਢਣਗੇ? ਛੋਟੀ ਗੱਲ ਆ, ਤੈਨੂੰ ਸਮਝ ਨਹੀਂ ਆਉਂਦੀ? ਮੋਟਾ ਦਿਮਾਗ ਭੈਣ ਚੋ। ਦੂਜੀ ਗੱਲ, ਮੇਰੀ ਪ੍ਰਾਪਰਟੀ ਜ਼ਬਤ ਕਰਨ ਦੀਆਂ ਗੱਲਾਂ ਤਾਂ ਕਰਨ ਦੀ ਤੁਹਾਨੂੰ ਲੋੜ ਨਹੀਂ, ਕਿਉਂਕਿ ਮੈਂ ਤੁਹਾਡੇ ਪਿਓ ਦੀ ਬੁੰਡ ਦੇ ਕੇ ਜਾਂ ਦਬਾ ਕੇ ਉਦੋਂ ਬਾਅਦ 'ਚ ਪ੍ਰਾਪਰਟੀ ਨਹੀਂ ਬਣਾਈ। ਨਹੀਂ ਨਹੀਂ ਇਹ ਗੱਲ ਜੀ, ਮੈਂ ਸਹਿਮਤ ਤੁਹਾਡੇ ਨਾਲ ਸੁਰਲੀਨ ਜੀ, ਮੈਂ ਤੁਹਾਡੀ ਸਪੋਰਟ ਕਰਾਂਗਾ। ਤੁਸੀਂ ਸਾਡੀ ਬੁੰਡ ਦੇ ਕੇ ਥੋੜ੍ਹੀ ਪ੍ਰੋਪਰਟੀ ਬਣਾਈ ਹੈ? ਤੁਸੀਂ ਤਾਂ ਆਪਣਾ ਘੂਸਾ ਕਾਲਾ ਕਟਵਾ ਕੇ ਕਾਲਿਆਂ ਪੀ ਲਿਆ ਕੋਲੋਂ ਪ੍ਰੋਪਰਟੀ ਬਣਾਈ ਹੈ। ਇਹਨੂੰ ਕੋਡੀ ਕਰਕੇ ਨਾ ਜੀ ਬੁੰਡ 'ਤੇ ਜੁੱਤੀਆਂ ਮਾਰੋ, ਇਹਨਾਂ ਨੰਗੀ ਕਰਕੇ ਅੱਗੋਂ ਇਹਦੇ ਲਾਨਾ ਟਾਲਾ ਨਿਕਲਾਂ ਭਰ ਕੇ ਆਪਣਾ ਆਪਣਾ ਪਛਾਣ ਕੇ ਲਿਆ ਜਾਓਗੇ ਇਹਨੇ ਕਹਿਣਾ। ਤੀਜੀ ਗੱਲ, ਮੈਂ ਕੈਨੇਡਾ ਰਹਿੰਦੀ ਹਾਂ ਅਤੇ ਮੈਂ ਹੁਣ ਕੈਨੇਡਾ ਹੀ ਰਹਿਣਾ ਅਤੇ ਮੇਰੇ ਆਲ ਬਿਜ਼ਨਸ ਕੈਨੇਡਾ ਦੇ ਵਿੱਚ, ਤਾਂ ਤੁਸੀਂ ਛਿੱਕੂ ਫੜ ਕੇ ਛਿੱਕਾਂ। ਨਾਲੇ ਕਿਹੜੀ ਪ੍ਰੋਪਰਟੀ, ਕਿਹੜੇ ਤੇਰੇ ਭਾਪੇ ਦੇ ਲੋਸ ਐਂਜਲਸ ਨੂੰ ਟਰਾਲੇ ਚੱਲਦੇ ਆ? ਚੂਤੀਆ ਹੈ ਕੌਣ ਇਹ? ਚਲੋ ਮੈਂ ਤੁਹਾਨੂੰ ਦੱਸਾਂ ਇਹਦੀ ਕੀ ਇਹਦੀ ਪ੍ਰੋਪਰਟੀ ਹੈ, ਕੀ ਕੰਮ ਕਾਰ ਕਰਦੀ ਹੈ, ਆਹ ਤੁਹਾਨੂੰ ਦਿਖਾਵਾਂ। ਜਲਦੀ ਕਰ ਕੋਈ ਆ ਜਾਏ। ਜਲਦੀ ਕਰ ਜਲਦੀ ਕਰ। गंद पाया नंगिया होंगे पुछते आंसर देंगे गंदे मुंडे क्वेश्चन होंगे नंगिया होंगे जाके काम करने ਭੈਣ ਚੋਦ ਗਸਤੀਆਂ ਵਾਲੇ ਹੈ ਤੇ ਇੱਜ਼ਤ ਭਾਲੇ ਤੁਸੀਂ ਮਾਤਾ ਵਾਲੀ ਬੇਕਾਰ ਹੈ ਭਈਆ, ਮੈਂ ਤਾਂ ਟੁੱਟ ਗਿਆ। ਏਦਾਂ ਨਹੀਂ ਹੁੰਦਾ ਵੀ। ਅੱਛਾ ਨਾ ਤੁਹਾਨੂੰ ਇੱਕ ਗੱਲ ਹੋਰ ਦੱਸਾ ਦਿੰਦਾ ਜੀ, ਇਹ ਪਹਿਲਾਂ ਨਾ ਉੱਥੇ ਲੋਕਾਂ ਨੂੰ ਬੁਲਾਉਂਦੀਆਂ ਹੈ, ਡਿਸਕਾਊਂਟ ਦਿੰਦੀਆਂ, ਜਿਵੇਂ ਭੈਣ ਚੋ ਨਾਈਕੀ ਦੇ ਬੂਟਾਂ ਦਾ ਡਿਸਕਾਊਂਟ ਚੱਲਦਾ ਹੁੰਦਾ ਨਾ। ਬੁਲਾਉਂਦੀਆਂ ਲੋਕੀ ਜਦੋਂ ਆਉਂਦੇ ਆ ਨਾ, ਇਹਨਾਂ ਨੂੰ ਗਾਲਾਂ ਕੱਢਦੇ ਲੋਕੀ ਉੱਥੇ ਆ ਕੇ, ਫਿਰ ਜੋ ਦੇਖਦੇ ਲੱਛਣ ਇਹਨਾਂ ਨੇ ਕਿ ਇੰਨੇ ਗੰਦੇ ਲੱਛਣ ਕਰਦੀਆਂ, ਤਾਂ ਫਿਰ ਉਹਨਾਂ ਨੂੰ ਚੱਕ ਕੇ ਨਾ ਪੋਸਟਾਂ, ਇਹ ਬੰਦੇ ਨੂੰ ਜਲੀਲ ਕਰਦੀਆਂ। ਆਹ ਦੇਖੋ ਤੁਸੀਂ, ਇੱਕ ਟੈਂਪੂ ਹੁਣ ਹੋਰ ਆ ਗਿਆ ਅਮਰਿੰਦਰ ਨਾਗਰਾ, ਤੇਰੀ ਮਾਂ ਦਾ ਮੈਂ ਕੁੱਟ ਕੁੱਟ ਕੇ ਪਾੜਦਾ ਘਾਗਰਾ, ਭੈਣ ਦਿਆ ਲੋੜਿਆ। ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ। ਅੱਛਾ ਉਹ ਲੋੜਾ ਆ ਹੈ, ਤੇ ਤੂੰ ਕੀ ਹੈ ਲੋੜੇ ਹੋ? ਜਦੋਂ ਮੈਂ ਕੈਨੇਡਾ ਆਉਣਾ ਸੀ ਮੇਰੇ ਬੜੇ ਦੋਸਤ ਸੀਗੇ ਕੈਨੇਡਾ 'ਚ, ਮੈਂ ਬੜੇ ਲੋਕਾਂ ਦੀ ਹੈਲਪ ਕਰਦੀ ਰਹੀ ਇੰਡੀਆ ਬੈਠ ਕੇ। ਜਦੋਂ ਵਾਰੀ ਮੇਰੀ ਆਈ ਮੈਂ ਕੈਨੇਡਾ ਆਈ, ਤੇ ਉਹਨਾਂ ਲੋਕਾਂ ਨੇ ਮੇਰਾ ਹਫ਼ਤਾ ਹਫ਼ਤਾ ਫੋਨ ਵੀ ਚੱਕਣ ਨੂੰ ਬੰਦ ਕਰਤਾ ਸੀਗਾ। ਸੋ ਹਾਂ ਤੇ ਸਹੀ ਗੱਲ ਹੈ ਨਾ, ਜਦੋਂ ਤੁਸੀਂ ਲੱਛਣ ਇਹੋ ਜਿਹੇ ਕਰਨੇ ਆ ਤਾਂ ਫਿਰ ਤੁਹਾਡੇ ਨਾਲ ਕਿਹੜਾ ਬੰਦਾ ਆਪਣਾ ਧੀ ਭੈਣ ਤੋਰੇਗਾ, ਤੁਹਾਡੇ ਨਾਲ ਰਹਿਣ ਦੇਗਾ? ਬਸ ਸਹੀ ਹੈ, ਕੋਈ ਵੀ ਨਹੀਂ ਰਹਿਣ ਦੇਗਾ ਸਿਆਣਾ ਬੰਦਾ। ਬੰਦੇ ਕਮਾਉਣੇ ਪਤਾ ਕਿੰਨੇ ਔਖੇ? ਬੰਦਾ ਕਮਾਉਣਾ ਬਹੁਤ ਔਖਾ ਹੈ, ਪੈਸਾ ਕੰਜਰੀਆਂ ਵੀ ਬਹੁਤ ਕਮਾਉਂਦੀ। ਪੈਸੇ ਤੇ ਤੁਹਾਡੇ ਕੋਲ ਬਹੁਤ ਹੈ। ਉਹੀ ਮੈਂ ਕਹਿੰਦਾ ਇਹਨਾਂ ਨੂੰ, ਮੈਂ ਕਹਾਂ ਜੀ ਇਹਨਾਂ ਨੂੰ ਗੁੱਸਾ ਲੱਗਦਾ ਹੈ ਕਿ ਇੱਦਾਂ ਮੁੰਡੇ ਬੋਲਦੇ ਆ, ਤਾਂ ਮੈਂ ਤੁਹਾਨੂੰ ਵਿੱਚ ਪਾਇਆ ਵਿਚੋਲਾ। ਇਹਦਾ ਗਾਣਾ ਵੀ ਕਾਇਆ ਹੈ ਨਾ, ਐਵੇਂ ਝੂਠ ਹੈ ਝੂਠ ਹੈ, ਹਰ ਗੱਲ ਝੂਠ ਹੈ ਝੂਠ ਹੈ। ਆਇਆ ਗਾਣਾ ਕਦਾ ਸੁਣੋ। ਇਹ ਸ਼ਰਾਬ ਹੈ, ਅੱਜ ਤੋਂ ਬਾਅਦ ਨਹੀਂ ਪੀਣੀ ਬਾਈ ਸ਼ਰਾਬ, ਜੇ ਤੂੰ ਸ਼ਰਾਬ ਦੀ ਬੋਤਲ ਹੈ। ਇਹ ਉਹ ਸ਼ਰਾਬ ਹੈ ਜਿਹਨੂੰ ਪੀ ਕੇ ਨਾ ਪਿੱਛੇ ਹੀ 8-9 ਬੰਦੇ ਦੀ ਮੌਤ ਹੋ ਗਈ ਪੰਜਾਬ 'ਚ, ਸਾਰੇ ਹੋਏ ਅੰਗੂਰਾਂ ਦੀ ਸ਼ਰਾਬ ਜਿਹੜੀ ਹੁੰਦੀ ਹੈ ਇਹ ਉਹ ਹੈ। ਪੰਜਾਬ ਮੇਂ ਜ਼ਹਿਰੀਲੀ ਸ਼ਰਾਬ ਸੇ 4 ਲੋਗੋਂ ਕੀ ਮੌਤ, ਚਾਰੋਂ ਦੋਸਤੋਂ ਨੇ ਰਾਤ ਕੋ ਇੱਕ ਸਾਥ ਬੈਠ ਕੇ ਪੀ ਔਰ ਸੁਬਹ ਨਹੀਂ ਉਠੇ। ਪੰਜਾਬ ਕੇ ਸੰਗਰੂਰ ਮੇਂ ਜ਼ਹਿਰੀਲੀ ਸ਼ਰਾਬ ਪੀਨੇ ਸੇ 4 ਲੋਗੋਂ ਕੀ ਮੌਤ ਹੋ ਗਈ। ਹੀ ਗਾਇਸ ਇਟਸ ਸ਼੍ਰੀ ਅਕਾਲ ਐਂਡ ਵੈਲਕਮ ਬੈਕ। ਸਤਿ ਸ਼੍ਰੀ ਅਕਾਲ ਭਾਬੀ ਜੀ, ਜਲਦੀ ਪੁੱਛ ਲਓ ਯਾਰ। ਤੁਸੀਂ ਸੁਣਾਓ ਭਾਬੀ ਜੀ, ਸਾਡਾ ਠੀਕ ਹੈ, ਸਾਡੀ ਕਿਹੜੀ ਕੋਈ ਵੀਡੀਓ ਵਾਇਰਲ ਹੋਈ ਸੀ, ਤੁਸੀਂ ਸੁਣਾਓ ਤੁਸੀਂ ਠੀਕ ਹੋ? ਸੌਰੀ 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 ਸੌਰੀ। ਹਾਂਜੀ ਤਾਂ ਹਮ ਤੋਂ ਬਾਅਦ ਅੱਛੇ ਹੁਣ, ਪਾਕ ਸਭ ਠੀਕ ਹੋਣਗੇ, ਟੈਪ ਤਾਂ ਠੀਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਭਾਬੀ ਕਿਉਂ ਆਪਣਾ ਬਿਜ਼ਨਸ ਬੰਦ ਕਰਾਉਣਾ ਹੈ? ਕਹਿੰਦੀ ਅੱਛਾ ਅੱਛਾ ਫੂਡ ਖਾਓ, ਖੁਦ ਵੇਚਨੇ ਪੀਜ਼ੇ ਤੇ ਸਾਨੂੰ ਸਲਾਹਾਂ ਦਿੰਦੇ ਅੱਛਾ ਫੂਡ ਖਾਂਦੇ ਆ। ਕਿੰਨਾ ਤੁਸੀਂ ਪਿਆਰ ਦਿੰਦੇ ਯਾਰ, ਜੇ ਮਾੜੀ ਜਿਹੀ ਗੱਲ ਗਲਤ ਨਿਕਲ ਗਈ ਮੂੰਹ ਚੋਂ ਤੁਸੀਂ ਤਾਂ ਜਾਨ ਲੈਣੀ ਕਰ ਦਿੰਦੇ ਆ। ਬਾਤ ਸਭ ਲੋਗ ਐਕਸਾਈਟਿਡ ਹੈ ਆਪਸੇ ਮਿਲਨੇ ਕੇ ਲਈ ਹੈ। ਲੈ ਉਦਾਂ ਹੀ ਧੱਕੇ ਨਾਲ ਹੀ, ਆਪਾਂ ਤਾਂ ਨਹੀਂ ਕੋਈ ਐਕਸਾਈਟਿਡ ਇਹਨੂੰ ਮਿਲਣ ਨੂੰ। ਮੇਰੀ ਚੰਗੀ ਭੂਆ ਦਾ ਮੁੰਡਾ ਹੈ ਨਾ ਜਿਹੜਾ, ਮੈਂ ਐਕਸਾਈਟਿਡ ਹੋਣਾ ਇਹਨੂੰ ਮਿਲਣ ਲਈ। ਗਜਬ ਬੇਇੱਜ਼ਤੀ ਹੈ। ਜਲੰਧਰ ਜਾ ਰਹੇ ਹਾਂ, ਨਵਾਂ ਕੁੱਲੜ ਪੀਜ਼ਾ ਭਾਈ ਸੇ ਜ਼ਰੂਰ ਮਿਲੇਂਗੇ। ਭੈਣ ਚੋਦਾ ਉਹਦਾ ਨਾਂ ਕੁੱਲੜ ਪੀਜ਼ਾ ਨਹੀਂ ਹੈ,
सहज अरोड़ा का नाम है फदुआ कुल्लड़ पिज्जा उन्होंने काम खोले पिज्जे का नाम है। तो गाइस आज मैं थोड़ा सा डिफरेंट वाली व्लॉगिंग कर रहा हूँ। चुप कर चुप कर जो रमान भाई डिफरेंट व्लॉगिंग कर लगे जो बोलन के ने सीखो जल्दी कर कोई आ जाए। तो ये देखो भैया क्या हाल है लड़कियों रोज इधर कैमरा लेके व्लॉगिंग करता है केड़ी मैं सोचा नंगा नंगा लगा रे कोई बाबा जी दियो दी पैन दी लानो ओए लुका जो पूरी या मेनू बात पे दी छोड़ी गाने नु बढ़िया बढ़िया आप बताओ तो यहां पे कैसे हैं। यहां पे हम गोलू का बर्थडे सेलिब्रेट करने आए थे। की गल करो कठे नहीं सी आए क्या बात है। आपको कैसा लगा ये सरप्राइज? मुझे बहुत अच्छा लगा कि इतना प्यारा मिले बैलून केक सब कुछ करा तो बहुत अच्छा लगा। थैंक यू सो मच भैया थैंक यू सो मच। एहो जे चबला हुंदियां आ अपने जन्म ते आप ही मुंडा पकाने फलाई जानगे पहला ते बाद जानगे। ओ ये सरप्राइज तो नहीं बताया आपने भाई को कि जल्दी से आपको आना है जीरकपुर और जीरकपुर आके मजेदार सा हम इंटरव्यू करने वाले हैं और साथ साथ बहुत सारे सवाल जवाब होंगे। आप भी मुंह देखियो तगड़े तगड़े और उसके साथ साथ कुल्लड़ पिज्जा बना है देखो। भाभी डर गई कहंदी मैं चो हुणे कि डरा साथ साथ कुल्लड़ पिज्जा बना फुदू तगड़े तगड़े सवाल गए के भाभी दिमाग मिनटो मिनट ही वीडियो आ गई जी वायरल हुई इन्हां दी गोपी वाली गोपी है भाभी चेहरा उतर गया बेचारी दा मुड़ के मुंह ही नहीं खुशी नहीं आई चेहरे उपर ना वीर जी इदा ना करेगा क्यों डराने दे बच्चिया नू। मैं चाहता हूँ कि ना जो मेरे सवाल जवाब है वो दुनिया के कान खोल दे। ओ फुदुआ दुनिया के कान खुले है इन्हां दे खोल तू ओकां दे कान खोले इन्हे बुद्धी दे इन्हें सारे सामने अपनी जनानी खोलती पूरी कान खोलन की गल करता मैं खोले है भाई इन्होंने खोल तू देखा आपने लापरवाही का नतीजा सच सुना था मैंने इनको कि मतलब ना चाह के भी आप बोलोगे कि ना चाह के भी तू ये रमान नु गाला कड्डोगे तेरी औकात नहीं बहन चोत। तो ये मुझसे ना ब्लॉगिंग की टिप्स पूछ रहे हैं। ले ब्लॉगिंग टिप्स की ये मैं तुम दे देना ब्लॉगिंग जी बोलना पैंदा है लगातार है ना भाभी जी हूं भाभी जी देख लो पहला कितना बोलते सीगे सारा पर अभी क्या ना हर एक चीज में कंटेंट होता है मतलब कि आपका ब्लॉगिंग का मतलब ये होता है कि आपको अपनी लाइफ दिखानी है मतलब सब कुछ बता बस सिंपल है इससे कोई औखा काम नहीं है ब्लॉगिंग का। फिल्टर वाले बंदे मेरे अच्छे नहीं लगते सहज पाजी ने बिल्कुल सही कहा इन्होंने फिल्टर वाले बंदे चंगे नहीं लगते ताही ते फिल्टर वाला कोई काम नहीं करते जो फिल्टर लाना पवे पर पाजी दर्शकों नु कभी कभी फिल्टर चंगे लगते है तुम ना वीडियो ते फिल्टर ला लेंदे ना जे तुहानू इन्ने गंदे कमेंट नहीं आने उस दिन की करदा पे है आप क्या करने वाले हो नहीं नहीं अगर आप जैसे हो वैसे दिखाओगे ना तभी आपको लोग पसंद करेंगे प्यार करेंगे और खतरनाक। हाँ अच्छा उन्होंने मत दे रहा है कि जिदा के होंगे हो ना तुम कहते उदा नहीं दिखो ब्लॉगिंग फालतू तो कोई ड्रामेबाजी ना करो फिल्टर फुल्टर ला दे आप लान लैन देने एक बंदा रखा नाल स्पैशल ते कैमरा दिता उन्होंने ब्लॉगिंग करन नू आ देखो तुसी आप ही तो भाई ये पहले हम केक कट करेंगे आज तो भाई गणेश ऐसे भी आज मैंने कितने सारे केक काटे हैं भैया ले लो बड़ी भूख लग रही है। बाकी यार कई लोग की दुनिया जगह ने साडे ना रहंदे ही ते ऐशा करदे ही किथे पिज़्ज़ा किथे बर्गर किथे गार्लिक ब्रेड चलो कोई नहीं हुण दाल खा देने पानी वाली ना 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 फुदुआ ना ओ तेन रह के ऐशा नहीं करदी सी तू ओदा रह के ऐशा करदा सीगा गजब बेइज्जती है ਉਹ ਤੇ ਵਿਆਹ ਖਾਂਦੀ ਫਿਰਦੀ ਐ ਅੱਜ ਅਸੀਂ ਚੱਲੇ ਆਂ ਵਿਆਹ ਤੇ ਮੇਰਾ ਇੱਕ ਬ੍ਰਦਰ ਹੈਗਾ ਉਹਦੀ ਮੈਰਿਜ ਹੈ ਕਿ ਜਿੰਨਾ ਚਿਰ ਮੇਰੇ ਤੋਂ ਮਤਲਬ ਸੀ ਉਹਨਾਂ ਚਿਰ ਮੈਂ ਚੰਗਾ ਸੀ ਨਾ ਨਾ ਭਰਾ ਤੂੰ ਸਾਨੂੰ ਪਹਿਲਾਂ ਵੀ ਮਾੜਾ ਹੀ ਲੱਗਦਾ ਸੀਗਾ ਤੇ ਜਦੋਂ ਮਤਲਬ ਨਿਕਲ ਗਿਆ ਲੋਕਾਂ ਨੂੰ ਮਾੜਾ ਲੱਗਣ ਲੱਗ ਗਿਆ ਮਤਲਬ ਨਿਕਲੂ ਤੂੰ ਕਿਹੜਾ ਸਾਡੇ ਔਖੇ ਵੇਲੇ ਬੁੰਡ ਦਿੰਦਾ ਰਿਹਾ ਹੈਗਾ ਉਦੋਂ ਵੀ ਸਾਡਾ ਹੱਥੀ ਕੰਮ ਆਇਆ ਤੇ ਹੁਣ ਵੀ ਹੱਥੀ ਕੰਮ ਆਉਂਦਾ ਪਿਆ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਅਗਲੇ ਵੀਡੀਓ ਪਰ ਜਾਣ ਤੋਂ ਪਹਿਲਾਂ गाना जरूर होवेगा मोए फिर भी उल्टी आग तले जा कच्चा है अब न दूंगी बलम पेट में बच्चा है। मजा आया और मैं ये जो मजा है हिंदुस्तान के हर व्यक्ति को देना चाहता हूँ।